ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੇ ਚੈਨਲ ਪੰਜਾਬ ਵੈਦਰ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ 26, 27, 28, 29, 30 ਇਹਨਾਂ 5 ਦਿਨਾਂ ਦਾ ਜਿਹੜਾ ਮੌਸਮ ਹੈ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ। ਸੋ ਆਪਣੀ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਅਤੇ ਆਪਣਾ ਚੈਨਲ ਪੰਜਾਬ ਵੈਦਰ ਇਸ ਨੂੰ ਸਬਸਕ੍ਰਾਈਬ ਵੀ ਕਰੋ, ਕਿਉਂਕਿ ਇਸ ਚੈਨਲ 'ਤੇ ਆਪਾਂ ਮੇਨ ਤੌਰ 'ਤੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਉਹ ਲੈ ਕੇ ਆਉਂਦੇ ਹਾਂ ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਸਟੀਕ ਤੋਂ ਸਟੀਕ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ। ਇਸ ਲਈ ਆਪਾਂ ਕਈ ਤਰ੍ਹਾਂ ਦੀਆਂ ਮੌਸਮ ਏਜੰਸੀਆਂ ਜਾਂ ਹੋਰ ਕਈ ਸਾਧਨ ਨੇ ਉਹਨਾਂ ਤੋਂ ਜਾਣਕਾਰੀ ਇਕੱਠੀ ਕਰਕੇ ਜਿਹੜੀ ਜਾਣਕਾਰੀ ਬਣਦੀ ਉਹ ਤੁਹਾਡੇ ਤੱਕ ਸਾਂਝੀ ਕਰਦੇ ਹਾਂ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੌਸਮ ਦੀ। ਜਿਹੜਾ ਮੌਸਮ ਹੈ ਪੰਜਾਬ ਵਿੱਚ ਕਹੀਏ ਤਾਂ 24-25 ਅਗਸਤ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਜਿਹੜੀ ਮੀਂਹ ਪਏ ਹਨ ਅਤੇ ਕੁਝ ਇਲਾਕਿਆਂ ਵਿੱਚ ਕਹਿ ਸਕਦੇ ਹਾਂ ਵੀ ਬੱਦਲਬਾਈ ਨਾਲ ਮੌਸਮ ਠੰਡਾ ਬਣਿਆ ਹੈ। ਅਤੇ ਜਿਹੜੇ ਆਉਣ ਵਾਲੇ ਦਿਨਾਂ ਦੀ ਗੱਲ ਹੈ 26 ਤਰੀਕ ਨੂੰ ਕਹੀਏ ਤਾਂ 26 ਤਰੀਕ ਨੂੰ ਵੀ ਪੰਜਾਬ ਉੱਤੇ ਬੱਦਲਬਾਈ ਛਾਏ ਰਹਿਣ ਦੀ ਉਮੀਦ ਬਣੀ ਹੋਈ ਹੈ। ਕਈ ਇਲਾਕਿਆਂ ਵਿੱਚ ਹਲਕੀ ਧੁੱਪ ਨਿਕਲ ਸਕਦੀ ਹੈ ਅਤੇ ਮੌਸਮ ਜਿਹੜਾ ਪਾਰੇ ਵਿੱਚ ਗਿਰਾਵਟ ਬਣੀ ਰਹੇਗੀ। ਅਤੇ ਆਉਣ ਵਾਲੇ ਦਿਨਾਂ ਵਿੱਚ 27, 28, 29 ਅਤੇ 30 ਤਰੀਕ ਤੱਕ ਜਿਹੜਾ ਮੌਸਮ ਹੈ ਇਸ ਤੋਂ ਬਾਅਦ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਪੰਜਾਬ ਵਿੱਚ ਜਿਹੜੀ ਬੱਦਲਬਾਈ ਆ ਉਹ ਸਾਫ਼ ਹੋਣੀ ਸ਼ੁਰੂ ਹੋ ਜਾਵੇਗੀ ਅਤੇ 28-29 ਤੋਂ ਬਾਅਦ ਆ ਕੇ ਪਾਰੇ ਵਿੱਚ ਫਿਰ ਇੱਕ ਵਾਰ ਉਛਾਲ ਆ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ। ਕਹਿਣ ਦਾ ਭਾਵ ਕਿ ਇਸ ਮਹੀਨੇ ਦੇ ਅੰਤਲੇ 2-3 ਦਿਨਾਂ ਵਿੱਚ ਜਿਹੜੀ ਗਰਮੀ ਹੈ ਇੱਕ ਵਾਰ ਫਿਰ ਤੋਂ ਆਪਣਾ ਰੁੱਧਰ ਰੂਪ ਦਿਖਾਏਗੀ। ਅਤੇ ਜੇ ਬਰਸਾਤ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਬਰਸਾਤ ਦੀ ਸੰਭਾਵਨਾ ਤਕਰੀਬਨ ਨਾ ਮਾਤਰ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਆਈ ਹੈ। ਸੋ ਇਹਨਾਂ ਦਿਨਾਂ ਵਿੱਚ ਮੌਸਮ ਹੈ ਜਿਹੜਾ ਕਹਿ ਸਕਦੇ ਆਪਾਂ ਹਲਕੀ ਬੱਦਲਬਾਈ ਨਾਲ ਠੰਡਾ ਅਤੇ ਖੁਸ਼ਕ ਬਣਿਆ ਰਹੇਗਾ। ਸੋ ਇਹਨਾਂ ਮੱਦੇਨਜ਼ਰ ਰੱਖਦੇ ਹੋਏ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਕਿਸਾਨ ਵੀਰ ਆਪਣੇ ਫਸਲਾਂ ਉੱਤੇ ਸਪਰੇਹਾਂ ਵਗੈਰਾ ਕਰਨ ਦੇ ਲਈ ਢੁੱਕਵਾਂ ਸਮਾਂ ਹੈ ਅਤੇ ਕਿਸਾਨ ਇਹਨਾਂ ਦਿਨਾਂ ਵਿੱਚ ਫਸਲਾਂ 'ਤੇ ਸਪਰੇਹਾਂ ਕਰ ਸਕਦੇ ਨੇ, ਕਿਉਂਕਿ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਬਣੀ ਹੋਈ ਹੈ ਅਤੇ ਮੀਂਹ ਦੀ ਸੰਭਾਵਨਾ ਉਹ ਬਿਲਕੁਲ ਨਹੀਂ ਹੈ।